ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਐਮਐਸ ਕਲੈਕਸ਼ਨ। ਤਾਂ ਕਿਵੇਂ ਹੋ ਸਾਰੇ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਤੇ ਗਾਇਜ਼, ਅੱਜ ਇੰਨੀਆਂ ਸੋਹਣੀਆਂ ਸਵੈਟਰ ਰੋਡ ਦੀ ਲੈ ਕੇ ਆਇਆ ਤੇ ਇੰਨੀ ਘੈਂਟ ਵਰਾਇਟੀ ਰਹਿਣ ਵਾਲੀ ਆ, ਜਿਹੜੀ ਕਿ ਮੇਰੇ ਭਰਾ ਬਾਹਰ ਜਾਣ ਵਾਲੇ ਆ ਜਾਂ ਇੱਥੇ ਪਾਰਟੀ ਵੇਅਰ ਲਈ ਪਾਉਣੀ ਸੀ, ਬਿਲਕੁਲ ਬੈਸਟ ਕੁਆਲਿਟੀ ਵਿੱਚ ਸ਼ਰਟ ਰਹਿਣ ਵਾਲੀ ਹੈ। ਤਾਂ ਇਹੋ ਜਿਹਾ ਡਿਜ਼ਾਈਨ ਆ ਜਿਹੜਾ ਹਾਲੇ ਮਾਰਕੀਟ ਵਿੱਚ ਨਹੀਂ ਆਇਆ, ਸਭ ਤੋਂ ਪਹਿਲਾਂ ਆਪਣੇ ਕੋਲ ਆਇਆ ਐਮਐਸ ਕਲੈਕਸ਼ਨ ਤੇ। ਇੱਕ ਇੱਕ ਕਰਕੇ ਤੁਹਾਨੂੰ ਸਾਰੇ ਡਿਜ਼ਾਈਨ ਦਿਖਾਊਂਗਾ, ਉਹਦੀ ਵਰਾਇਟੀ ਦੱਸੂਗਾ, ਕੀ ਕੀ ਸਾਈਜ਼ ਮਿਲਣਗੇ, ਕਿਹੜਾ ਕਿਹੜਾ ਸਟੋਕ ਹੋਊਗਾ ਤੇ ਕੀ ਕੀ ਪ੍ਰਾਈਜ਼ ਰਹਿਣਗੇ। ਤੇ ਗੱਲ ਬਿਨਾਂ ਕਿਸੇ ਟਾਈਮ ਵੇਸਟ ਤੋਂ ਸਟਾਰਟ ਕਰਦੇ ਆਪਾਂ ਵੀਡੀਓ। ਸਭ ਤੋਂ ਪਹਿਲਾਂ ਆਰਟੀਕਲ ਜਿਹੜਾ ਮੈਂ ਤੁਹਾਨੂੰ ਦਿਖਾਉਣਾ, ਜਿਹੜਾ ਸਭ ਤੋਂ ਬੈਸਟ ਆਰਟੀਕਲ ਆਇਆ ਇਸ ਵੀਡੀਓ ਦਾ, ਹਿਟਿੰਗ ਆਰਟੀਕਲ ਆ, ਉਹ ਤੁਸੀਂ ਚੈੱਕ ਕਰ ਲਓ। ਸ਼ਰਟਸ ਨੇ, ਨੋਰਮਲ ਸ਼ਰਟ ਤੁਹਾਨੂੰ ਲੱਗ ਰਹੀ ਹੋਣੀ ਕਿ ਨੋਰਮਲ ਸ਼ਰਟਸ ਨੇ, ਪਹਿਲਾਂ ਸਭ ਤੋਂ ਪਹਿਲਾਂ ਚੈੱਕ ਕਰ ਲਓ ਕੋਟਨ ਸਟੱਫ ਆ, ਬਾਕਸ ਦੇ ਵਿੱਚ ਚੈੱਕ ਆ ਜੂਗਾ। ਬਟਨ ਕੋਲਰ ਕੋਲਰ ਚੈੱਕ ਕਰੋਗੇ, ਪ੍ਰੋਪਰ ਬੜੇ ਕੋਲਰ ਆਣਗੇ, ਹਾਰਡ ਕੋਲਰ ਆਣਗੇ। ਤੇ ਬਟਨ ਦੀ ਆਪਾਂ ਗੱਲ ਕਰੀਏ, ਬਟਨ ਆਣਗੇ ਟਿਚ ਬਟਨ, ਨਾਲ ਚੈੱਕ ਕਰ ਲਓ ਟਿਚ ਬਟਨ ਆਣਗੇ। ਟਿਚ ਬਟਨ ਵੀ ਕਿਉਂ ਆ ਹੁਣ ਤੁਸੀਂ ਉਹ ਵੀ ਚੈੱਕ ਕਰ ਦਿਓ, ਕਿਉਂਕਿ ਇਹ ਰਹਿਣ ਵਾਲੇ ਰਿਵਰਸੇਬਲ ਸ਼ਰਟ, ਦੋਨਾਂ ਪਾਸੋਂ ਇਹ ਸ਼ਰਟ ਪੈ ਜੂਗੀ। ਚੈੱਕ ਕਰ ਲਓ, ਬੜਾ ਚੈੱਕ ਤੁਸੀਂ ਪਾਉਣਾ, ਬੜਾ ਚੈੱਕ ਪਾ ਸਕਦੇ। ਉਸ ਤੋਂ ਬਾਅਦ ਘੁਮਾ ਕੇ ਅਗਰ ਤੁਸੀਂ ਇਹਨੂੰ ਬਰੀਕ ਚੈੱਕ ਨਾਲ ਕੰਪੋਰਟ ਕਰਕੇ ਬਰੀਕ ਚੈੱਕ ਪਾਉਣਾ, ਤਾਂ ਤੁਸੀਂ ਬਰੀਕ ਚੈੱਕ ਵੀ ਇਹਨੂੰ ਵੇਅਰ ਕਰ ਸਕਦੇ ਹੋ, ਜਾਣੀ ਕਿ ਇੱਕ ਸ਼ਰਟ ਤੁਹਾਡੀ 2 ਦਿਨ ਆਰਾਮ ਨਾਲ ਪੈ ਸਕਦੀ ਆ। ਤੇ ਕਲਰ ਸ਼ੇਡ ਬਹੁਤ ਸੋਹਣੇ ਸੋਹਣੇ ਰਹਿਣ ਵਾਲੇ ਆ। ਚੈੱਕ ਕਰ ਲਓ, ਸਕਾਈ ਬਲੂ ਦੇ ਵਿੱਚ ਤੁਹਾਨੂੰ ਬਰੀਕ ਚੈੱਕ ਮਿਲ ਜੂਗਾ, ਤੇ ਇਧਰਲੇ ਪਾਸੇ ਮਲਟੀ ਕਲਰ ਦੇ ਵਿੱਚ ਤੁਹਾਨੂੰ ਚੈੱਕ ਮਿਲ ਜੂਗਾ। ਇਹ 'ਚ ਇੱਕ ਕਲਰ ਨਹੀਂ ਆਇਆ, ਇਹ 'ਚ ਤੁਹਾਨੂੰ 4 ਕਲਰ ਮਿਲ ਜਾਣਗੇ, 4 ਕਲਰ ਮਤਲਬ 8 ਕਲਰ ਮਿਲ ਜਾਣਗੇ। ਰਿਵਰਸੀਬਲ ਸ਼ਰਟ ਹੋਣ ਵਾਲੀ ਆ, ਨਿਊ ਵਰਾਇਟੀ ਆ। ਚੈੱਕ ਕਰ ਲਓ ਨੈਕਸਟ ਕਲਰ, ਆਹ ਦੇਖ ਲਓ, ਇਹ 'ਚ ਬਰਾਊਨ ਦੇ ਕਲਰ ਦੀ ਮੈਚਿੰਗ ਆਈ ਆ। ਟੱਚ ਬਟਨ ਨੇ ਸੇਮ ਚੀਜ਼, ਪਹਿਲਾਂ ਤੁਹਾਨੂੰ ਗਰੰਟੀ ਦੇ ਦਿੰਦਾ ਵਾ, ਆਫਟਰ ਵਾਸ਼ਿੰਗ ਦੀ ਤੇ ਸ਼ਰਿੰਕੇਜ ਦੀ। ਤੁਸੀਂ ਕਹਿ ਰਹੇ ਹੋ ਆਫਟਰ ਵਾਸ਼ ਸ਼ਰਿੰਕ ਹੋ ਰਿਹਾ ਸਾਡਾ ਆਰਟੀਕਲ, ਤੁਸੀਂ ਲੈ ਕੇ ਗਏ ਸੀਗੇ ਸ਼ਰਟ ਸ਼ਰਿੰਕ ਹੋ ਗਿਆ, ਕਲਰ ਫੇਡ ਹੋ ਗਿਆ, ਸਾਡੇ ਤੋਂ ਵਾਪਸ ਲੈ ਕੇ ਆਓ। ਨਾਲ ਦੀ ਨਾਲ ਤੁਹਾਨੂੰ ਨਵਾਂ ਪੀਸ ਦਿੱਤਾ ਜਾਊਗਾ, ਕਿਉਂਕਿ 1% ਵੀ ਚਾਂਸ ਨਹੀਂ ਹੋਣਾ ਤੁਸੀਂ ਕੋਈ ਵੀ ਪ੍ਰੋਬਲਮ ਲੈ ਕੇ ਆਓ ਸ਼ਰਟ ਦੇ ਲਈ। ਚੈੱਕ ਕਰ ਲਓ, ਬਰਾਊਨ ਕਲਰ ਦੇ ਵਿੱਚ ਚੈੱਕ ਆ ਜੂਗਾ, ਬਾਹਰਲੀ ਸਾਈਡ ਤੋਂ ਅਗਰ ਤੁਸੀਂ ਇਹਨੂੰ ਰਿਵਰਸ ਕਰਕੇ ਵੇਅਰ ਕਰਨਾ, ਰਿਵਰਸ ਚਲ ਆਜੂਗਾ ਤੁਹਾਡੇ ਕੋਲ ਲਾਈਟ ਬਰਾਊਨ ਕਲਰ ਦਾ। ਬਰੀਕ ਚੈੱਕ ਦੇ ਵਿੱਚ ਪ੍ਰੀਮੀਅਮ ਕੁਆਲਿਟੀ ਸ਼ਰਟ ਹੈ, ਰਿਵਰਸੀਬਲ ਸ਼ਰਟ, ਨਿਊ ਵਰਾਇਟੀ ਸਾਈਜ਼ ਜਿੰਨ ਤੁਹਾਨੂੰ ਮਿਲ ਜੂਗੇ, ਐਮ ਤੋਂ ਲੈ ਕੇ ਐਕਸਲ ਤੱਕ ਸਟੈਂਡਰਡ ਸਾਈਜ਼ ਰਹਿਣ ਵਾਲੇ ਆ, MLXL ਸਾਈਜ਼ ਮਿਲ ਜਾਣਗੇ। ਨੈਕਸਟ ਚੈੱਕ ਕਰ ਲਓ, ਇਹ ਵੀ ਰਿਵਰਸੀਬਲ ਦੇ ਵਿੱਚ ਆ, ਚੈੱਕ 'ਚ ਥੋੜ੍ਹਾ ਡਿਫਰੈਂਟ ਆ, ਥੋੜ੍ਹਾ ਬੜਾ ਚੈੱਕ ਆਜੂਗਾ। ਅਤੇ ਨੈਕਸਟ ਅਗਰ ਚੈੱਕ ਕਰ ਲਓ ਇਹਨਾਂ ਦੀ ਸਾਈਡ, ਜਿਹੜਾ ਥੋੜ੍ਹਾ ਬੋਕਸ ਚੈੱਕ ਆਊਗਾ, ਉਹ ਵੀ ਲਾਸਟ ਆਰਟੀਕਲ ਨਾਲੋਂ ਥੋੜ੍ਹਾ ਬੜਾ ਚੈੱਕ ਆਜੂਗਾ। ਆਹ ਦੇਖ ਲਓ, ਨੋਰਮਲ ਤੁਸੀਂ ਇੱਦਾਂ ਵੇਅਰ ਕਰ ਸਕਦੇ ਹੋ, ਉਸ ਤੋਂ ਅਗਰ ਤੁਸੀਂ ਰਿਵਰਸ ਕਰਕੇ ਪਾਉਣਾ ਇਹਨੂੰ, ਰਿਵਰਸ ਕਰਕੇ ਆਰਾਮ ਨਾਲ ਤੁਸੀਂ ਵੇਅਰ ਕਰ ਸਕਦੇ ਹੋ। ਇੱਕ ਰਿਵਰਸੀਬਲ ਅਸੀਂ ਇਸ ਟਾਈਪ ਨਾਲ ਪਾਉਣੀ, ਇਸ ਟਾਈਪ ਨਾਲ ਪਾ ਸਕਦੇ ਹੋ, ਇੱਦਾਂ ਚੈੱਕ ਪਾਉਣਾ, ਇੱਦਾਂ ਚੈੱਕ ਪਾ ਸਕਦੇ ਹੋ, ਦੋਨਾਂ ਸਾਈਡ ਪੈ ਜੂਗੇ। ਅਤੇ ਲਾਸਟ ਕਲਰ ਇਹਦੇ ਤੁਸੀਂ ਦੇਖ ਲਓ, 4 ਕਲਰ ਆਏ ਆ, ਸੀ ਗ੍ਰੀਨ ਕਲਰ ਦੇ ਵਿੱਚ ਸਭ ਤੋਂ ਮੇਰਾ ਫੇਵਰੇਟ ਕਲਰ। ਚੈੱਕ ਕਰ ਲਓ, ਬਹੁਤ ਸੋਹਣਾ ਕਲਰ ਆ, ਅਤੇ ਸਾਈਡ ਵਿੱਚ ਤੁਹਾਨੂੰ ਕਲਰ ਮਿਲ ਜੂਗਾ, ਅਤੇ ਸੇਮ ਕਲਰ ਤੁਹਾਨੂੰ ਬਰੀਕ ਚੈੱਕ ਵੀ ਮਿਲ ਜੂਗਾ। ਅਤੇ ਕਈ ਸਾਈਜ਼ ਤੁਹਾਨੂੰ ਮੈਂ ਦੱਸਦੇ, ਸਾਈਜ਼ ਦੇ ਅੰਦਰ ਮੈਨੂੰ ਵਾਲੇ ML ਅਤੇ XL, ਗਰੰਟੀ ਆਰਟੀਕਲ, ਆਫਟਰ ਵਾਸ਼ਿੰਗ ਵੀ, ਸ਼ਰਿੰਕੇਜ ਦੀ ਅਤੇ ਕਲਰ ਦੀ। ਪ੍ਰੀਮੀਅਮ ਕੁਆਲਿਟੀ ਆਪਾਂ ਸ਼ਰਟਸ 'ਤੇ ਡੀਲ ਕਰਦੇ ਹਾਂ। ਨੈਕਸਟ ਆਰਟੀਕਲ ਤੁਹਾਨੂੰ ਦਿਖਾਉਣਾ ਜਿਹੜਾ ਮੈਂ ਵੇਅਰ ਵੀ ਕੀਤਾ ਹੈ, ਚੈੱਕ ਕਰ ਲਓ, ਬਰਬੀ ਦਾ ਚੈੱਕ ਜਿੰਨੇ ਆਪਾਂ ਮੰਗਵਾ ਲਈ ਉੰਨੇ ਹੀ ਘੱਟ ਰਹਿੰਦੇ, ਕਿਉਂਕਿ ਤੁਹਾਨੂੰ ਪਤਾ ਕਿੰਨੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਬਰਬੀ ਚੈੱਕ ਦੀ। ਨੋਰਮਲ ਚੈੱਕ ਕਰ ਰਿਹਾ, ਬਟ ਇਹ ਤੁਸੀਂ ਚੈੱਕ ਕਰ ਸਕਦੇ ਹੋ। ਸਟ੍ਰਾਈਪਸ ਦੀ ਚੈੱਕ ਕਰ ਲਓ, ਕਿਸ ਟਾਈਪ ਨੇ ਇਸ ਟਾਈਪ 'ਚ ਦੇ ਸਟ੍ਰਾਈਪਸ ਨੇ। ਨਿਊ ਵਰਾਇਟੀ ਹੈ, ਅਤੇ ਇਸ ਤੋਂ 2 ਕਲਰ ਮਿਲ ਜੂਗਾ, ਇੱਕ ਪ੍ਰੋਪਰ ਡਾਰਕ ਦੇ ਵਿੱਚ ਮਿਲ ਜੂਗਾ, ਇੱਕ ਥੋੜ੍ਹਾ ਲਾਈਟ ਕਲਰ ਦੇ ਵਿੱਚ ਮਿਲ ਜੂਗਾ। ਦੋਨੋਂ ਮੈਂ ਵੇਅਰ ਕੀਤੇ ਹੋਏ, ਚੈੱਕ ਕਰ ਲਓ, ਇੱਕ ਵੇਅਰ ਕੀਤਾ ਖਰਚ ਫੜਿਆ ਵਾ। ਕੁਆਲਿਟੀ ਤੁਹਾਨੂੰ ਦੱਸ ਦਿੰਦਾ, ਇੰਪੋਰਟੈਂਟ ਸ਼ਰਟਸ ਰਹਿਣ ਵਾਲੀਆਂ, ਡਾਊਨ ਕੋਲਰ ਆਣਗੇ, ਕੋਲਰ ਦੇ ਉੱਤੇ ਜਿਹੜੇ ਬਟਨ ਲੱਗੇ ਆ ਜਾਂ ਨੋਰਮਲ ਜਿਹੜੇ ਬਟਨ ਲੱਗੇ, ਉਹਨਾਂ 'ਤੇ ਪ੍ਰੋਪਰ ਬਰਬਰੀ ਦਾ ਟੈਗ ਲੱਗਿਆ ਹੋਊਗਾ, ਸ਼ਰਟ ਦੇ ਨਾਲ ਪ੍ਰੋਪਰ ਟੈਗ ਹੋਊਗਾ, ਇੰਪੋਰਟੈਂਟ ਆਰਟੀਕਲ ਦਾ ਸਕੈਨਰ ਲੱਗਿਆ ਹੋਊਗਾ। ਪ੍ਰੀਮੀਅਮ ਕੁਆਲਿਟੀ ਸ਼ਰਟਸ ਨੇ, ਇਸ ਸਾਈਡ ਵੀ ਤੁਸੀਂ ਚੈੱਕ ਕਰ ਸਕਦੇ ਹੋ, ਪ੍ਰੋਪਰ ਸਟੋਰ ਆਰਟੀਕਲ ਜਿਹੜੇ ਹੁੰਦੇ ਆ ਉਹਨਾਂ 'ਤੇ ਸਕੈਨਰ ਵਗੈਰਾ ਸਾਰਾ ਕੁਛ ਲੱਗਿਆ ਹੁੰਦਾ, ਇਹਨੂੰ ਸਕੈਨ ਕਰੋਗੇ ਸੇਮ ਸਾਈਡ 'ਤੇ ਸੇਮ ਹੀ ਸ਼ਰਟ ਤੁਹਾਨੂੰ ਮਿਲ ਜੂਗੀ। ਫਰੰਟ ਤੋਂ ਚੈੱਕ ਕਰ ਲਓ, ਬੈਕ ਤੋਂ ਚੈੱਕ ਕਰ ਲਓ, ਪੇਪਰ ਕੋਟਨ ਸਟੱਫ ਰਹਿਣ ਵਾਲਾ, ਸਾਈਜ਼ ਤੁਹਾਨੂੰ ਸਟੈਂਡਰਡ ਮਿਲ ਜਾਣਗੇ, MLXL ਅਤੇ XXL 2 ਕਲਰ ਨੇ, ਇੱਕ ਥੋੜ੍ਹਾ ਡਾਰਕ ਅਤੇ ਸੈਕਿੰਡ ਕਲਰ ਜਿਹੜਾ ਮੈਂ ਵੇਅਰ ਕੀਤਾ ਹੋਇਆ। MLXL XXL ਸਾਈਜ਼ ਨੇ, ਸੇਮ ਚੀਜ਼ ਹੈ, ਇਹਦੀ ਵੀ ਗਰੰਟੀ ਹੈ ਤੁਹਾਨੂੰ, ਚਾਹੇ ਸ਼ਰਿੰਕੇਜ ਦੀ ਚਾਹੇ ਕਲਰ ਫੇਡ ਦੀ। ਇੰਪੋਰਟੈਂਟ ਆਰਟੀਕਲ ਆ। ਅਤੇ ਗਾਇਜ਼, ਨੈਕਸਟ ਆਰਟੀਕਲ ਆਪਾਂ ਤੁਹਾਨੂੰ ਦਿਖਾਉਂਦੇ ਹਾਂ, ਚੈੱਕ ਆਏ ਨੇ, ਥੋੜ੍ਹੇ ਡਿਫਰੈਂਟ ਚੈੱਕ ਆਏ ਨੇ। ਡਾਰਕ ਕਲਰ ਚੈੱਕ ਦੀ ਕਾਫੀ ਜ਼ਿਆਦਾ ਡਿਮਾਂਡ ਆ ਜੀ ਮੇਰੇ ਵੀਰਾਂ ਦੀ, ਇੱਕ ਵਾਰੀ ਡਾਰਕ ਕਲਰ ਚੈੱਕ ਲੈ ਕੇ, ਕੋਈ ਥੋੜ੍ਹੀ ਸਰਦੀ ਹੋਣੀ ਸਟਾਰਟ ਹੋਣ ਵਾਲੀ ਆ, ਆਹ ਚੈੱਕ ਕਰ ਲਓ।
ਵਾਈਟ ਬਲੈਕ ਕਲਰ ਚੈੱਕ ਤੁਹਾਨੂੰ ਮਿਲ ਜੂਗੇ। ਇਹ ਸਿੰਪਲ ਚੈੱਕ ਨੇ ਬਟ ਡਾਊਨ ਕੋਲਰ ਆਣਗੇ, ਪੇਪਰ ਕੋਟਨ ਆਊਗਾ, ਇੰਪੋਰਟਡ ਆਰਟੀਕਲ ਨਹੀਂ ਹੈਗੇ, ਨੋਰਮਲ ਆਰਟੀਕਲ ਨੇ, ਬਟ ਗਰੰਟੀ ਇਹਨਾਂ ਦੀ ਵੀ ਆਫਟਰ ਵਾਸ਼ਿੰਗ ਦੀ, ਸ਼ਰਿੰਕੇਜ ਦੀ ਅਤੇ ਕਲਰ ਫੇਡਿੰਗ ਦੀ। ਤੁਸੀਂ ਕਲਰ ਚੈੱਕ ਕਰੀ ਜਾਓ, ਜਿਹੜਾ ਜਿਹੜਾ ਤੁਹਾਨੂੰ ਚਾਹੀਦਾ ਮੇਰੇ ਵੀਰ ਨੂੰ ਸਕਰੀਨਸ਼ੋਟ ਲੈ ਕੇ ਸਾਨੂੰ ਸੈਂਡ ਕਰ ਦਿਓ ਉੱਪਰ ਦਿੱਤੇ ਗਏ ਵਟਸਐਪ ਵਾਲੇ ਨੰਬਰ 'ਤੇ। ਆਪਣਾ ਸਾਈਜ਼ ਲਿਖ ਦਿਓ, ਐਡਰੈਸ ਲਿਖ ਦਿਓ, ਤੁਹਾਡੇ ਘਰ ਤੁਹਾਡਾ ਪਾਰਸਲ ਪਹੁੰਚ ਜੂਗਾ। ਜਿੰਨੇ ਵੀ ਤੁਹਾਨੂੰ ਆਰਟੀਕਲ ਦਿਖਾ ਰਿਹਾ ਸਾਰੇ ਤੁਹਾਨੂੰ ਐਮ ਤੋਂ ਲੈ ਕੇ ਡਬਲ ਐਕਸਲ ਦੇ ਵਿੱਚ ਮਿਲ ਜੂਗੇ। ਐਲ ਸਾਈਜ਼ ਦਾ ਤੁਹਾਨੂੰ ਦਿਖਾ ਰਹੇ, ਇਸ ਨਾਲ ਤੁਸੀਂ ਆਪਣਾ ਅੰਦਾਜ਼ਾ ਲਾ ਸਕਦੇ ਤੁਹਾਨੂੰ ਕਿਹੜਾ ਸਾਈਜ਼ ਆਊਗਾ। ਮੇਰਾ ਨੋਰਮਲ ਐਕਸਲ ਹੈ, ਮੈਨੂੰ ਤੁਸੀਂ ਚੈੱਕ ਕਰ ਸਕਦੇ, ਮੈਂ ਨੋਰਮਲ ਇਹਦਾ ਐਕਸਲ ਵੇਅਰ ਕਰਦਾ। ਡਬਲ ਐਕਸਲ ਵਾਲੇ ਡਬਲ ਐਕਸਲ ਮੰਗਵਾ ਸਕਦੇ, ਐਮ ਐਲ ਵਾਲੇ ਆਪਣਾ ਐਮ ਐਲ ਸਾਈਜ਼ ਮੰਗਵਾ ਸਕਦੇ। ਗਾਇਸ ਨੋਰਮਲ ਚੈੱਕ ਤੁਹਾਨੂੰ ਦਿਖਾ ਚੁੱਕਿਆ ਮੈਂ, ਰਿਵਰਸਿਬਲ ਚੈੱਕ ਦਿਖਾਤੇ, ਬਰਬੀ ਚੈੱਕ ਦਿਖਾਤੇ। ਵੀਡੀਓ ਦੇ ਸਿਰਫ ਤੁਹਾਨੂੰ ਤਿੰਨ ਆਰਟੀਕਲ ਦਿਖਾਉਣੇ ਸੀਗੇ ਮੇਰੇ ਵੀਰ ਨੇ। ਜਿਹੜੇ ਵੀ ਆਰਡਰ ਕਰਨਾ ਵਾ, ਜਿਹੜਾ ਵੀ ਆਰਟੀਕਲ ਤੁਹਾਨੂੰ ਚਾਹੀਦਾ ਵਾ, ਸਕਰੀਨਸ਼ੋਟ ਲੈ ਕੇ ਉੱਪਰ ਨੰਬਰ ਦਿੱਤਾ ਹੋਇਆ 8058805900202 ਦੇ ਵਟਸਐਪ ਕਰ ਸਕਦੇ ਹੋ। ਅਤੇ ਇਹ ਜਿੰਨੇ ਵੀ ਆਰਟੀਕਲ ਨੇ ਇਹ ਹੋਲਸੇਲ ਅਤੇ ਰਿਟੇਲ ਤੁਹਾਨੂੰ ਦੋਨੋਂ ਵੀਰਾਂ ਨੂੰ ਮਿਲ ਜੂਗੇ। ਜਿਹੜੇ ਵੀ ਕਿਸੇ ਭਰਾ ਨੇ ਆਪਣੀ ਸ਼ੋਪ ਲਈ ਬਾਏ ਕਰਨਾ, ਸ਼ੋਪ ਲਈ ਤੁਹਾਡਾ ਅਲੱਗ ਪ੍ਰਾਈਜ਼ ਹੋਏਗਾ, ਰਿਟੇਲ ਲਈ ਸਿੰਗਲ ਡਬਲ ਜਾਂ ਟ੍ਰਿਪਲ ਪੀਸ ਲਈ ਪ੍ਰਾਈਜ਼ ਅਲੱਗ ਹੋਊਗਾ। ਜਿਹੜੇ ਮੇਰੇ ਵੀਰ ਨੇ ਹੋਲਸੇਲ ਲਈ ਕਲੈਕਟ ਕਰਨਾ, ਉਹਦੇ ਉੱਪਰ ਨੰਬਰ ਲਿਖਿਆ ਹੋਇਆ 9698383807, ਤੁਸੀਂ ਉੱਥੇ ਕੰਟੈਕਟ ਕਰ ਸਕਦੇ ਹੋ। ਅਤੇ ਅਗਰ ਰਿਟੇਲ ਤੁਸੀਂ ਆਰਡਰ ਕਰਨਾ ਜਾਂ ਲੋਕੇਸ਼ਨ 'ਤੇ ਆਪਾਂ ਆ ਕੇ ਤੁਸੀਂ ਬਾਏ ਕਰਨਾ, ਤਾਂ ਲੋਕੇਸ਼ਨ ਆਪਣੀ ਹੈਗੀ ਹੈ ਜੀ ਟੰਡ ਪੈਲਸ ਰੋਡ ਸ਼ਿਮਲਾ ਪੁਰੀ ਲੁਧਿਆਣਾ ਦੇ ਵਿੱਚ, ਟੰਡ ਪੈਲਸ ਰੋਡ ਸ਼ਿਮਲਾ ਪੁਰੀ ਲੁਧਿਆਣਾ। ਅਤੇ ਕਹਿੰਦੇ ਅਗਰ ਤੁਹਾਨੂੰ ਲੋਕੇਸ਼ਨ ਨਹੀਂ ਮਿਲ ਰਹੀ ਤਾਂ ਸਾਨੂੰ ਵਟਸਐਪ ਵਾਲਾ ਨੰਬਰ ਉੱਪਰ ਲਿਖਿਆ ਹੋਇਆ 8058805900202 'ਤੇ ਵਟਸਐਪ ਕਰ ਸਕਦੇ ਹੋ, ਤੁਹਾਨੂੰ ਕਰੰਟ ਲੋਕੇਸ਼ਨ ਭੇਜੀ ਜਾਊਗੀ। ਐਂਡ ਕਹਿੰਦੇ ਅਗਰ ਤੁਸੀਂ ਕਹਿ ਰਹੇ ਹੋ ਕਿ ਵੀਡੀਓ ਥੋੜੀ ਤੇਜ਼ ਆ, ਸਕਰੀਨਸ਼ੋਟ ਨਹੀਂ ਲਿੱਤਾ ਜਾ ਰਿਹਾ ਜਾਂ ਕਲਰ ਚੰਗੀ ਤਰ੍ਹਾਂ ਨਹੀਂ ਦਿਖ ਰਿਹਾ, ਤਾਂ ਨੀਚੇ ਇੰਸਟਾਗ੍ਰਾਮ ਦੀ ਆਈਡੀ ਸਾਡੀ ਲਿਖੀ ਹੋਈ ਆ MS Collection 007, ਤੁਸੀਂ ਉੱਥੇ ਜਾਓ, ਪੇਜ ਨੂੰ ਫੋਲੋ ਕਰੋ। ਹਰੇਕ ਅਪਡੇਟ ਡੇਲੀ 2-3 ਘੰਟੇ ਬਾਅਦ ਨਿਊ ਅਪਡੇਟ ਉੱਥੇ ਆਉਂਦੀ ਰਹਿੰਦੀ, ਤੁਸੀਂ ਉੱਥੋਂ ਚੈੱਕ ਕਰ ਸਕਦੇ ਹੋ। ਸਕਰੀਨਸ਼ੋਟ ਲਵੋ, ਸੇਮ ਵਟਸਐਪ ਵਾਲਾ ਉੱਪਰ ਨੰਬਰ ਲਿਖਿਆ ਹੋਇਆ ਉੱਥੇ ਭੇਜ ਸਕਦੇ ਹੋ। ਆਪਣਾ ਸਾਈਜ਼ ਲਿਖੋ, ਐਡਰੈਸ ਲਿਖੋ, 3-4 ਵਰਕਿੰਗ ਡੇਸ ਤੁਹਾਡੇ ਘਰ ਤੁਹਾਡਾ ਪਾਰਸਲ ਪਹੁੰਚ ਜੂਗਾ। ਐਂਡ ਗਾਇਸ ਯੂਟਿਊਬ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਬਿਕੋਜ਼ ਨੈਕਸਟ ਜਿਹੜੇ ਆਰਟੀਕਲਸ ਆ ਰਹੇ ਨੇ ਪ੍ਰੀ ਵਿੰਟਰ ਦੇ ਜਾਂ ਵਿੰਟਰ ਦੇ ਬਹੁਤ ਹੀ ਜ਼ਿਆਦਾ ਸੋਹਣੇ ਵਾਲੇ ਵਰਸਟੀ ਜੈਕਿਟਸ, ਬਹੁਤ ਪ੍ਰੀਮੀਅਮ ਕੁਆਲਿਟੀ ਸ਼ਰਟਸ ਆਉਣ ਵਾਲੀਆਂ ਨੇ, ਜੈਕਟਸ ਆਉਣ ਵਾਲੀਆਂ ਨੇ। ਤਾਂ ਜਲਦੀ ਜਲਦੀ ਨੋਟੀਫਿਕੇਸ਼ਨ ਬੈਲ ਵੀ ਔਨ ਕਰ ਦਿਓ ਕਿ ਸਾਡੀ ਜੋ ਵੀ ਵੀਡੀਓ ਆਵੇ ਤਾਂ ਨਾਲ ਦੇ ਨਾਲ ਪਤਾ ਲੱਗਦਾ ਰਹੇ। ਮਿਲਦੇ ਹਾਂ ਨੈਕਸਟ ਵੀਡੀਓ 'ਚ।